ਸਾਵਨ ਰੂਪ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ। ਜਿਸ ਭਗਤੀ ਨੂੰ ਰਿਖੀ ਮੁਨੀ ਦੇਵੀ ਦੇਵਤੇ ਵੀ ਤਰਸਦੇ ਰਹੇ, ਸ਼ਬਦ ਨਾਮ ਦੀ ਭਗਤੀ ਦਾ ਭੇਦ ਉਹਨਾਂ ਨੂੰ ਵੀ ਨਾ ਮਿਲਿਆ। ਸਾਡੇ ਤੇ ਬੜੀ ਭਾਰੀ ਉਹਨਾਂ ਨੇ ਰਹਿਮਤ ਕੀਤੀ, ਜਿਹੜਾ ਸਾਨੂੰ ਆਪਦੀ ਭਗਤੀ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਗੁਰੂ ਨਾਨਕ ਨੇ ਕਿਹਾ, ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵਾ। ਆਪ ਹੀ ਉਹ ਸੰਗਤ ਨੂੰ ਸਾਦਾ ਹੈ, ਪੜਦੇ ਦੇ ਪਿੱਛੇ ਸਭ ਕੁਛ ਉਹ ਆਪ ਹੀ ਕਰਦਾ ਹੈ। ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਖੁੱਲੇ ਦਿਲ ਨਾਲ ਨਾਮ ਦੀ ਦਾਤ ਬਖਸ਼ੀ ਔਰ ਆਪਦੀ ਭਗਤੀ ਦਾ ਪਿਆਰ ਬਖਸ਼ਿਆ, ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਟਾਈਮ ਮਿਲਿਆ ਹੈ ਇਸ ਤੋਂ ਪੂਰਾ ਫਾਇਦਾ ਉਠਾਈਏ। ਇੱਕ ਘੰਟੇ ਵਾਸਤੇ ਮਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦੇਖ ਪਿਆਰਿਆ, ਮੈਂ ਖਾਸ ਕਿਸੇ ਕੰਮ ਦੇ ਵਿੱਚ ਬੈਠ ਰਿਹਾ, ਜੋ ਵੀ ਕਾਰੋਬਾਰ ਕਰਨਾ ਹੈ ਦੁਨੀਆ ਦਾ ਉਹ ਬਾਅਦ ਵਿੱਚ ਸੋਚਾਂਗੇ। ਮਨ ਦੇ ਨਾਲ ਸੰਘਰਸ਼ ਕਰਨਾ ਇਹ ਅਭਿਆਸ ਹੈ। ਸੋ ਮਨ ਅਗਰ ਖਿਆਲ ਉਠਾਉਂਦਾ ਹੈ ਤਾਂ ਤੇਜ਼ ਗਤੀ ਨਾਲ ਸਿਮਰਨ ਕਰੋ, ਭੁੱਲ ਜਾਓ। ਸੋ ਇਸ ਮੌਕੇ ਤੋਂ ਪੂਰਾ ਫਾਇਦਾ ਉਠਾਓ। ਪ੍ਰੇਮ ਪਿਆਰ ਨਾਲ ਅੱਖਾਂ ਬੰਦ ਕਰਕੇ ਆਪਣਾ ਸਿਮਰਨ ਸ਼ੁਰੂ ਕਰੋ।